ਨੌਜਵਾਨ ਦਾ ਕਤਲ ਕਰਕੇ ਹਮਲਾਵਰ ਫਰਾਰ ਹੋ ਗਏ। ਜਾਣਕਾਰੀ ਮੁਤਾਬਿਕ ਮ੍ਰਿਤਕ ਰੁਪਿੰਦਰ ਅਤੇ ਸਾਥੀਆਂ ਖਿਲਾਫ 302 ਦਾ ਮਾਮਲਾ ਪਹਿਲਾਂ ਹੀ ਦਰਜ ਸੀ ਤੇ ਕੁਝ ਦਿਨ ਪਹਿਲਾਂ ਰੁਪਿੰਦਰ ਜ਼ਮਾਨਤ ਤੇ ਜੇਲ੍ਹ ਤੋਂ ਬਾਹਰ ਆਇਆ ਸੀ, ਜਿਸ ਨੂੰ ਹੁਣ ਉਸ ਦੇ ਦੁਸ਼ਮਣਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ। ਗੋਲੀਬਾਰੀ ਦੇ ਮੌਕੇ ਮ੍ਰਿਤਕ ਦੇ ਨਾਲ ਉਸਦੇ ਹੋਰ 3 ਸਾਥੀ ਵੀ ਕਾਰ ਦੇ ਵਿੱਚ ਮੌਜੂਦ ਸਨ। ਮ੍ਰਿਤਕ ਦੇ ਸਾਥੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਕਾਰ ਦੇ ਵਿੱਚ ਸਨ ਕਿ ਰਸਤੇ 'ਚ ਹੀ ਪਹਿਲਾਂ ਤੋਂ ਹੀ ਬਲੈਰੋ ਗੱਡੀ ਤੇ ਇੰਤਜ਼ਾਰ ਕਰ ਰਹੇ 2 ਹਮਲਾਵਰਾਂ ਨੇ ਗੋਲੀਬਾਰੀ ਕੀਤੀ ਤੇ ਉਹ ਤੁਰੰਤ ਆਪਣੇ ਸਾਥੀਆਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਲੈ ਕੇ ਗਿਆ, ਜਿੱਥੇ ਡਾਕਟਰਾਂ ਵੱਲੋਂ ਰੁਪਿੰਦਰ ਨੂੰ ਮ੍ਰਿਤਕ ਐਲਾਨ ਦਿੱਤਾ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਹਰਪਾਲ ਸਿੰਘ ਨੇ ਦੱਸਿਆ ਕਿ ਗੋਲੀਬਾਰੀ ਦੇ ਇਸ ਘਟਨਾ ਦੇ ਵਿੱਚ ਪਿੰਡ ਕੰਨੂਪੁਰ ਕਾਲੇ ਦੇ ਵਾਸੀ ਰੁਪਿੰਦਰ ਸਿੰਘ ਦੀ ਮੌਤ ਹੋ ਗਈ ਹੈ। ਪੁਲਿਸ ਅਨੁਸਾਰ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਕੇ ਹਮਲਾਵਰ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ ਅਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਵੀ ਕੀਤਾ ਜਾਵੇਗਾ। ਇਹ ਘਟਨਾ ਅੰਮ੍ਰਿਤਸਰ ਦੇ ਬਾਈਪਾਸ ਤੋਂ ਸਾਹਮਣੇ ਆਈ ਹੈ। ਫਿਲਹਾਲ ਦਿਨ ਦਿਹਾੜੇ ਇਸ ਹੋਈ ਗੋਲਾਬਾਰੀ ਦੀ ਘਟਨਾ ਨੇ ਲਾਅ ਐਂਡ ਆਰਡਰ ਦੀ ਸਥਿਤੀ ਤੇ ਵੀ ਵੱਡੇ ਸਵਾਲ ਚੁੱਕੇ ਨੇ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਲਗਾਤਾਰ ਫਲੈਗ ਮਾਰਚ ਕੱਢੇ ਜਾ ਰਹੇ ਨੇ। ਪੰਜਾਬ ਪੁਲਿਸ ਦੇ ਨਾਲ ਨਾਲ ਪੈਰਾ ਮਿਲਟਰੀ ਫੋਰਸ ਵੀ ਤੈਨਾਤ ਕੀਤੀਆਂ ਗਈਆਂ ਨੇ, ਪਰ ਇਸ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਸਰ ਇੱਥੇ ਇਸੇ ਜਗ੍ਹਾ ਦੇ ਗਲਾ ਗੱਲ ਹੋਈ, ਗੋਲੀ ਚੱਲੀ ਹੈ। ਕਿੰਨੇ ਜਾਣੇ ਸੀ ਤੁਸੀਂ? ਕਿੱਥੇ ਸੀ? ਅਸੀਂ ਗੱਡੀ 'ਤੇ ਆਏ ਸਰ। ਅਤੇ ਉਹ ਕਿੰਨੇ ਜਾਣੇ ਸੀ? ਉਹ ਵੀ ਸਰ 2 ਜਾਣੇ ਸੀ। ਬਸ ਕਿਹੜੀ 'ਤੇ? ਉਹ ਵੀ ਗੱਡੀ 'ਤੇ ਆਏ ਸਰ। ਅਤੇ ਕਿੰਨੀ ਉਮਰ ਹੈ ਉਹਦੀ? ਉਮਰ ਹੋਣੀ 35-36 ਸਾਲ ਹੋਣੀ ਸੀ। ਕਾਰੋਬਾਰ ਕੀ ਕਰਦਾ ਸਰ? ਕਾਰੋਬਾਰ ਸਰ ਅੰਦਰੋਂ ਆਇਆ ਹੈਗਾ ਜੀ, ਜੇਲ੍ਹ 'ਚ। ਹਾਂਜੀ, ਜੇਲ੍ਹ 'ਚੋਂ ਆਇਆ ਹੈਗਾ ਸਰ। ਹਾਂ, ਜੇਲ੍ਹ 'ਚੋਂ ਆਇਆ। ਹਾਂਜੀ ਹਾਂਜੀ। ਕਿਹੜੇ ਮਾਮਲੇ 'ਚ ਅੰਦਰ ਸੀ? ਉਹਨਾਂ ਦੇ ਗੋਲੀ ਗੋਲੀ ਗਾਲੀ ਚੱਲ ਗਈ ਇਹਨਾਂ ਦੇ। ਤੁਸੀਂ ਪਛਾਣਦੇ ਹੋ ਜਿਹਨੇ ਗੋਲੀ ਮਾਰੀ? ਸਰ ਨਹੀਂ ਪਛਾਣਦੇ। ਤੁਸੀਂ ਕਾਹ 'ਤੇ ਆਏ? ਗੱਡੀ 'ਤੇ ਆਏ ਸਰ। ਗੱਡੀ? ਕੋਈ ਗੱਡੀ ਦਾ ਨੰਬਰ ਪਤਾ ਲੱਗਾ? ਨਹੀਂ ਸਰ। ਕਿੰਨੀਆਂ ਗੋਲੀਆਂ ਚਲਾਈਆਂ ਗਈਆਂ? ਸਰ 1-2 ਗੋਲੀਆਂ ਚਲਾਈਆਂ ਹੋਣ। ਅਤੇ ਕਿਹਦੇ ਕਿਹਦੇ ਗੋਲੀ ਲੱਗੀ? ਉਹ ਵੀ ਇੱਦੇ ਲੱਗੀ, ਇੱਕ ਵਾਰ ਰੁਪਿੰਦਰ ਸਿੰਘ ਦੀ। ਜਲਦੀ ਗੱਡੀ 'ਤੇ ਗੋਲੀਆਂ ਮਾਰੀ ਗਈਆਂ? ਹਾਂਜੀ ਸਰ। ਇਹ ਜੀ ਰੁਪਿੰਦਰ ਸਿੰਘ ਨਾਮ ਦਾ ਇੱਕ ਲੜਕਾ ਸੀਗਾ, ਜਿਹੜਾ ਕਿ 302 ਦੇ ਵਿੱਚ ਜੇਲ੍ਹ 'ਤੇ ਆਇਆ ਸੀਗਾ। ਉਹ ਅੱਜ ਜੋ ਇੰਡੀਆ ਗੇਟ ਵਾਲੀ ਸਾਈਡ 'ਤੇ ਮਾਰੇ ਸੀ, ਉਹਨਾਂ ਨੂੰ ਦੋ ਲੜਕੇ ਜਿਹੜੇ ਬਲੈਰੋ ਗੱਡੀ ਕਰਕੇ ਖੜੇ ਸੀਗੇ, ਉਹਨਾਂ ਨੇ ਆਪਣੇ ਜਿਹੜੇ ਗੋਲੀ ਮਾਰ ਕੇ ਇੱਕ ਜਿਹੜਾ ਵਾ ਜ਼ਖਮੀ ਕਰਤਾ, ਜਿਹਦੀ ਕਿ ਪਤਾ ਲੱਗਿਆ ਉਸ ਦੀ ਡੈਥ ਹੋਈ ਹੈ। ਸਰ ਜੀ, ਜਿਹਦੀ ਡੈਥ ਹੋਈ ਹੈ ਉਹਦੇ ਤੋਂ ਕੋਈ ਮਾਮਲਾ ਦਰਜ ਹੈਗਾ? ਹਾਂ, ਤੁਹਾਨੂੰ ਮੈਂ ਦੱਸ ਕੇ ਹਟਿਆ ਜੀ, ਹੁਣੇ ਵੀ 302 ਦਾ ਉੱਤੇ ਮਾਮਲਾ ਸੀਗਾ ਜੋ ਦਰਜ ਸੀਗਾ, ਜਿਹਦੇ ਵਿੱਚ ਬਾਹਰ ਆਇਆ ਸੀਗਾ। ਕਿਸ ਦੇ ਉੱਪਰ ਸਵਾਰ ਹੈਗੇ ਸਰ? ਉਹ ਜਿਹੜੇ ਆ ਉਹ ਕਾਰ 'ਤੇ ਸੀਗੇ ਇਹ ਬੰਦੇ, ਜਿਹੜੇ ਮਾਰਨ ਹਮਲਾਵਰ ਜਿਹੜੇ ਆ ਇਹ ਬਲੈਰੋ ਟਾਈਪ ਗੱਡੀ ਸੀ, ਬਾਕੀ ਅਜੇ ਸਾਰਾ ਕਲੀਅਰ ਕਰਦੇ ਹਾਂ ਜੀ। ਅਤੇ ਜਿਹਦੀ ਡੈਥ ਹੋਈ ਦੇ ਨਾਲ ਕਿੰਨੇ ਜਾਣੇ ਸਰ ਗੱਡੀ ਦੇ? ਇਹਦੇ ਨਾਲ 3 ਹੋਰ ਸੀਗੇ ਜੀ। ਸਰ, ਕੋਈ ਸੀਸੀਟੀਵੀ ਸਾਹਮਣੇ ਆਈ? ਹਾਲ ਕਰ ਰਹੇ ਹਾਂ ਜੀ, ਸਾਰਾ ਦੇਖ ਰਹੇ ਹਾਂ ਸੀਸੀਟੀਵੀ ਲੱਗੀ ਤੀ। ਲੜਕੇ ਦੀ ਡੈਥ ਹੋਈ? ਹਾਂਜੀ, ਲੜਕੇ ਦੀ ਡੈਥ ਹੋਈ। ਨੌਜਵਾਨ ਦਾ ਕਤਲ ਕਰਕੇ ਹਮਲਾਵਰ ਫਰਾਰ ਹੋ ਗਏ। ਜਾਣਕਾਰੀ ਮੁਤਾਬਿਕ ਮ੍ਰਿਤਕ ਰੁਪਿੰਦਰ ਅਤੇ ਸਾਥੀਆਂ ਖਿਲਾਫ 302 ਦਾ ਮਾਮਲਾ ਪਹਿਲਾਂ ਹੀ ਦਰਜ ਸੀ ਤੇ ਕੁਝ ਦਿਨ ਪਹਿਲਾਂ ਰੁਪਿੰਦਰ ਜ਼ਮਾਨਤ ਤੇ ਜੇਲ੍ਹ ਤੋਂ ਬਾਹਰ ਆਇਆ ਸੀ, ਜਿਸ ਨੂੰ ਹੁਣ ਉਸਦੇ ਦੁਸ਼ਮਣਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ। ਗੋਲੀਬਾਰੀ ਦੇ ਮੌਕੇ ਮ੍ਰਿਤਕ ਦੇ ਨਾਲ ਉਸਦੇ ਹੋਰ 3 ਸਾਥੀ ਵੀ ਕਾਰ ਦੇ ਵਿੱਚ ਮੌਜੂਦ ਸਨ। ਮ੍ਰਿਤਕ ਦੇ ਸਾਥੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਕਾਰ ਦੇ ਵਿੱਚ ਸਨ ਕਿ ਰਸਤੇ 'ਚ ਹੀ ਪਹਿਲਾਂ ਤੋਂ ਹੀ ਬਲੈਰੋ ਗੱਡੀ ਤੇ ਇੰਤਜ਼ਾਰ ਕਰ ਰਹੇ 2 ਹਮਲਾਵਰਾਂ ਨੇ ਗੋਲੀਬਾਰੀ ਕੀਤੀ ਤੇ ਉਹ ਤੁਰੰਤ ਆਪਣੇ ਸਾਥੀਆਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਲੈ ਕੇ ਗਿਆ, ਜਿੱਥੇ ਡਾਕਟਰਾਂ ਵੱਲੋਂ ਰੁਪਿੰਦਰ ਨੂੰ ਮ੍ਰਿਤਕ ਐਲਾਨ ਦਿੱਤਾ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਹਰਪਾਲ ਸਿੰਘ ਨੇ ਦੱਸਿਆ ਕਿ ਗੋਲੀਬਾਰੀ ਦੇ ਇਸ ਘਟਨਾ ਦੇ ਵਿੱਚ ਪਿੰਡ ਕੰਨੂਪੁਰ ਕਾਲੇ ਦੇ ਵਾਸੀ ਰੁਪਿੰਦਰ ਸਿੰਘ ਦੀ ਮੌਤ ਹੋ ਗਈ ਹੈ। ਪੁਲਿਸ ਅਨੁਸਾਰ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਕੇ ਹਮਲਾਵਰ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ
ਅਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਵੀ ਕੀਤਾ ਜਾਵੇਗਾ। ਇਹ ਘਟਨਾ ਅੰਮ੍ਰਿਤਸਰ ਦੇ ਬਾਈਪਾਸ ਤੋਂ ਸਾਹਮਣੇ ਆਈ ਹੈ। ਫਿਲਹਾਲ ਦਿਨ ਦਿਹਾੜੇ ਇਸ ਹੋਈ ਗੋਲਾਬਾਰੀ ਦੀ ਘਟਨਾ ਨੇ ਲਾਅ ਐਂਡ ਆਰਡਰ ਦੀ ਸਥਿਤੀ ਤੇ ਵੀ ਵੱਡੇ ਸਵਾਲ ਚੁੱਕੇ ਨੇ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਲਗਾਤਾਰ ਫਲੈਗ ਮਾਰਚ ਕੱਢੇ ਜਾ ਰਹੇ ਨੇ। ਪੰਜਾਬ ਪੁਲਿਸ ਦੇ ਨਾਲ ਨਾਲ ਪੈਰਾ ਮਿਲਟਰੀ ਫੋਰਸ ਵੀ ਤੈਨਾਤ ਕੀਤੀਆਂ ਗਈਆਂ ਨੇ, ਪਰ ਇਸ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਸਰ ਇੱਥੇ ਇਸੇ ਜਗ੍ਹਾ ਦੇ ਗਲਾ ਗੱਲ ਹੋਈ, ਗੋਲੀ ਚੱਲੀ ਹੈ। ਕਿੰਨੇ ਜਾਣੇ ਸੀ ਤੁਸੀਂ ਕਿੱਥੇ? ਅਸੀਂ ਗੱਡੀ 'ਤੇ ਆਏ ਸਰ। ਅਤੇ ਉਹ ਕਿੰਨੇ ਜਾਣੇ ਸੀ? ਉਹ ਵੀ ਸਰ ਦੋ ਜਾਣੇ ਸੀ। ਕਿਹੜੀ 'ਤੇ? ਉਹ ਵੀ ਗੱਡੀ 'ਤੇ ਆਏ ਸਰ। ਅਤੇ ਕਿੰਨੀ ਉਮਰ ਹੈ ਉਹਦੀ? ਉਮਰ ਹੋਣੀ 35-36 ਸਾਲ ਹੋਣੀ ਸੀ। ਕਾਰੋਬਾਰ ਕੀ ਕਰਦਾ ਸਰ? ਕਾਰੋਬਾਰ ਸਰ ਅੰਦਰੋਂ ਆਇਆ ਹੈਗਾ ਜੀ, ਉਹ ਜੇਲ੍ਹ 'ਚ। ਹਾਂਜੀ, ਜੇਲ੍ਹ 'ਚੋਂ ਆਇਆ ਹੈਗਾ ਸਰ। ਹਾਂ, ਜੇਲ੍ਹ 'ਚੋਂ ਆਇਆ। ਹਾਂਜੀ, ਕਿਹੜੇ ਮਾਮਲੇ 'ਚ ਅੰਦਰ ਸੀ? ਉਹਨਾਂ ਦੇ ਗੋਲੀ ਗਾਲੀ ਚੱਲ ਗਈ ਇਹਨਾਂ ਦਾ। ਤੁਸੀਂ ਪਛਾਣਦੇ ਹੋ ਜਨਮੀ ਗੋਲੀ ਮਾਰੀ? ਸਰ ਨਹੀਂ ਪਛਾਣਦੇ। ਕਾਹਤੇ ਆਏ? ਗੱਡੀ 'ਤੇ ਆਏ ਸਰ। ਗੱਡੀ, ਕੋਈ ਗੱਡੀ ਦਾ ਨੰਬਰ ਪਤਾ ਲੱਗਾ? ਨਹੀਂ ਸਰ। ਕਿੰਨੀਆਂ ਗੋਲੀਆਂ ਚਲਾਈਆਂ ਗਈਆਂ? ਸਰ ਇੱਕ ਦੋ ਗੋਲੀਆਂ ਚਲਾਈਆਂ ਹੋਣ। ਅਤੇ ਕਿਹਦੇ ਕਿਹਦੇ ਗੋਲੀ ਲੱਗੀ? ਉਹ ਵੀਰ ਦੇ ਲੱਗੀ, ਇੱਕ ਵਾਰ ਰੁਪਿੰਦਰ ਸਿੰਘ ਦੀ। ਜਲਦੀ ਗੱਡੀ 'ਤੇ ਗੋਲੀਆਂ ਮਾਰੀ ਗਈਆਂ? ਹਾਂਜੀ ਸਰ। ਇਹ ਜੀ ਰੁਪਿੰਦਰ ਸਿੰਘ ਨਾਮ ਦਾ ਇੱਕ ਲੜਕਾ ਸੀਗਾ, ਜਿਹੜਾ ਕਿ 2002 ਦੇ ਵਿੱਚ ਜੇਲ੍ਹ 'ਤੇ ਆਇਆ ਸੀਗਾ। ਉਹ ਅੱਜ ਜੋ ਇੰਡੀਆ ਗੇਟ ਵਾਲੀ ਸਾਈਡ 'ਤੇ ਮਾਰੇ ਸੀ, ਉਹਨਾਂ ਨੂੰ ਦੋ ਲੜਕੇ ਜਿਹੜੇ ਬਹਿਰੋਂ ਗੱਡੀ ਕਰਕੇ ਖੜ੍ਹੇ ਸੀਗੇ, ਉਹਨਾਂ ਨੇ ਆਪਣੇ ਜਿਹੜੇ ਗੋਲੀ ਮਾਰ ਕੇ ਇੱਕ ਨੂੰ ਜਿਹੜਾ ਵਾ ਜ਼ਖਮੀ ਕਰਤਾ। ਜਿਹਦੀ ਕਿ ਪਤਾ ਲੱਗਿਆ ਹੋਸਪਿਟਲ ਜਾ ਕੇ ਤੁਹਾਨੂੰ ਮੈਂ ਦੱਸ ਕੇ ਹਟਿਆ ਜੀ। ਹੁਣੇ ਵੀ 302 ਦਾ ਉੱਤੇ ਮਾਮਲਾ ਸੀਗਾ ਜੋ ਦਰਜ ਸੀਗਾ, ਜਿਹਦੇ ਵਿੱਚ ਬਾਹਰ ਆਇਆ ਸੀਗਾ। ਕਿਸ ਦੇ ਉੱਪਰ ਸਵਾਰ ਹੈਗੇ ਸਰ? ਉਹ ਜਿਹੜੇ ਆ ਉਹ ਕਾਰ 'ਤੇ ਸੀਗੇ ਇਹ ਬੰਦੇ, ਜਿਹੜੇ ਮਾਰਨ ਹਮਲਾਵਰ ਜਿਹੜੇ ਆ, ਇਹ ਬਲੈਰੋ ਟਾਈਪ ਗੱਡੀ ਸੀ, ਬਾਕੀ ਦੇ ਸਾਰਾ ਕਲੀਅਰ ਕਰਦੇ ਆ ਜੀ। ਅਤੇ ਜਿਹਦੀ ਡੈਥ ਹੋਈ ਦੇ ਨਾਲ ਕਿੰਨੇ ਜਾਣੇ ਸਰ ਗੱਡੀ ਦੇ? ਇਹਦੇ ਨਾਲ 3 ਹੋਰ ਸੀਗੇ ਜੀ। ਕੋਈ ਸੀਸੀਟੀਵੀ ਸਾਹਮਣੇ? ਹਾਲ ਕਰ ਰਹੇ ਆ ਜੀ, ਸਾਰਾ ਦੇਖ ਰਹੇ ਹਾਂ। ਲੱਗੀ ਤੀਰ ਡੈਥ ਹੋ ਗਈ? ਹਾਂਜੀ, ਲੜਕੇ ਦੀ ਡੈਥ ਹੋ ਗਈ।